ਅੰਮ੍ਰਿਤਸਰ ਤੋਂ ਕਾਂਗਰਸ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਪਹਿਲਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਚੋਣ ਹਾਰ ਕੇ ਗਏ ਸਨ ਤੇ ਹੁਣ ਭਾਜਪਾ ਵੱਲੋਂ ਅੰਮ੍ਰਿਤਸਰ ਤੋਂ ਐਲਾਨੇ ਉਮੀਦਵਾਰ ਹਰਦੀਪ ਸਿੰਘ ਪੁਰੀ ਵੀ ਹਾਰ ਦਾ ਮੂੰਹ ਦੇਖਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਜਪਾ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਅਤੇ ਪੰਜਾਬ ਦੀਆਂ ਤਿੰਨੋਂ ਲੋਕ ਸਭਾ ਸੀਟਾਂ ਦੇ ਚਾਰੋਂ ਖਾਨੇ ਚਿੱਤ ਹੋਵੇਗੀ। ਦੇਖਿਏ ਪਹਿਲੇ ਜੇਤਲੀ ਸਾਹਿਬ ਆਏ ਥੇ, ਜੇਤਲੀ ਸਾਹਿਬ ਨੇ ਆ ਕੇ ਦਾਅਵਾ ਕੀਆ ਥਾ ਕਿ ਅੰਮ੍ਰਿਤਸਰ ਮੇਂ ਮੇਰੀ ਨਾਨੀ ਰਹਾ ਕਰਤੀ ਥੀ, ਅੰਮ੍ਰਿਤਸਰ ਕੇ ਲੋਗੋਂ ਨੇ ਜੇਤਲੀ ਕੋ ਨਾਨੀ ਯਾਦ ਕਰਵਾ ਕੇ ਭੇਜ ਦੀ। ਅਬ ਪੁਰੀ ਸਾਹਿਬ ਆਏ ਹੈ, ਇਹ ਵੀ ਚੇਲੇ ਹੈ ਜੇਤਲੀ ਕੇ, ਅਬ ਯੇ ਕਹਿ ਰਹੇ ਹੈ ਕਿ ਅੰਮ੍ਰਿਤਸਰ ਮੇਂ ਮੇਰੀ ਦਾਦੀ ਰਹਾ ਕਰਤੀ ਥੀ। ਭਈਆ ਆਪਕੋ ਦਾਦੀ ਯਾਦ ਕਰਵਾ ਕੇ ਭੇਜੇਂਗੇ। ਔਰ ਬੀਜੇਪੀ ਕੀ ਤੀਨੋਂ ਸੀਟੇ ਔਰ ਚੌਥੀ ਚੰਡੀਗੜ੍ਹ ਕੀ, ਯੇ ਚਾਰੋਂ ਖਾਨੇ ਚਿੱਤ ਹੋਗੀ, ਬੀਜੇਪੀ ਏਕ ਵੀ ਸੀਟ ਨਹੀਂ ਜੀਤ ਪਾਏਗੀ।